ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ ਆਮੀਨ। ਸਾਰਿਆਂ ਨੂੰ ਜੈ ਯਿਸੂ ਮਸੀਹ ਦੀ। ਆਓ ਪਿਆਰੇ ਭਰਾਓ ਅਤੇ ਭੈਣੋ, ਅਸੀਂ ਅੱਜ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦਾ ਪਹਿਲਾ ਪਾਠ ਸੰਤ ਪੌਲਸ ਦਾ ਤਿਮਥੀ ਨੂੰ ਦੂਜਾ ਖਤ ਚੌਥਾ ਅਧਿਆਇ 1-8 ਹੈ ਤੱਕ। ਅੱਜ ਦੀ ਅੰਜੀਲ ਮਰਕੁਸ ਦੀ ਉਸਦਾ 12 ਅਧਿਆਇ 38-44 ਹੈ ਤੱਕ। ਪਿਆਰੇ, ਉਹ ਕੁਝ ਸਾਲ ਪਹਿਲਾਂ ਮੈਂ ਇੱਕ ਪੈਰਿਸ਼ ਵਿੱਚ ਸੀ। ਉੱਥੇ ਇੱਕ ਬਜ਼ੁਰਗ ਹਰ ਰੋਜ਼ ਗਿਰਜੇ ਆਉਂਦਾ ਸੀ। ਹਰ ਐਤਵਾਰ ਨੂੰ ਉਸਨੇ ਇਤਰਾਫ ਕਰਕੇ ਪਾਤਸ਼ਾਹ ਦਾ ਸਾਕਰਾਮੈਂਟ ਲੈਣਾ। ਕੁਛ ਦਿਨਾਂ ਦੇ ਲਈ ਉਹ ਬਜ਼ੁਰਗ ਗਿਰਜੇ ਦੇ ਵਿੱਚ ਆਉਣਾ ਬੰਦ ਹੋ ਗਿਆ ਅਤੇ ਮੈਂ ਉਸਦੇ ਬਾਰੇ ਜਾਂਚ ਪੜਤਾਲ ਕੀਤੀ ਅਤੇ ਪਤਾ ਲੱਗਾ ਕਿ ਉਹ ਕਾਫ਼ੀ ਬਿਮਾਰ ਹੈ। ਫਿਰ ਮੈਨੂੰ ਇੱਕ ਦਿਨ ਫੋਨ ਆਇਆ, ਉਸਦੀ ਬੇਟੀ ਜੋ ਵਿਧਵਾ ਸੀ ਉਸਨੇ ਮੈਨੂੰ ਫੋਨ ਕੀਤਾ ਅਤੇ ਕਿਹਾ, ਫਾਦਰ ਜੀ, ਪਾਪਾ ਜੀ ਬਹੁਤ ਬਿਮਾਰ ਨੇ, ਉਹਨਾਂ ਦੀ ਦਵਾਈ ਦੇ ਲਈ ਸਾਡੇ ਕੋਲ ਪੈਸੇ ਨਹੀਂ ਹਨ। ਅਤੇ ਪਿਆਰੇ, ਮੈਂ ਕੁਝ ਪੈਸੇ ਲੈ ਕੇ ਉਸ ਬਜ਼ੁਰਗ ਨੂੰ ਦੇਣ ਦੇ ਲਈ ਗਿਆ ਅਤੇ ਜਦੋਂ ਮੈਂ ਉਹਨਾਂ ਦੇ ਨਾਲ ਉਹਨਾਂ ਦੇ ਘਰ ਵਿੱਚ ਪਹੁੰਚਿਆ, ਉਸ ਬਜ਼ੁਰਗ ਦੇ ਉੱਤੇ ਮੈਂ ਜਦੋਂ ਦੁਆ ਕੀਤੀ ਅਤੇ ਉਸ ਬਜ਼ੁਰਗ ਨੇ ਆਪਣੇ ਪਰਨੇ ਦਾ ਪੱਲਾ ਖੋਲ੍ਹ ਕੇ ਉਹਦੇ ਵਿੱਚੋਂ ਕੁਝ ਪੈਸੇ ਮੁੱਠ ਵਿੱਚ ਮੀਟ ਕੇ ਮੈਨੂੰ ਦੇ ਦਿੱਤੇ। ਮੈਂ ਹੱਕਾ ਬੱਕਾ ਰਹਿ ਗਿਆ। ਮੈਂ ਕਿਹਾ, ਪਾਪਾ ਜੀ ਮੈਨੂੰ ਇਹ ਪੈਸੇ ਨਾ ਦੇਵੋ, ਚੰਦਾ ਨਾ ਦੇਵੋ, ਤੁਹਾਨੂੰ ਪੈਸਿਆਂ ਦੀ ਲੋੜ ਹੈ। ਅਤੇ ਉਸ ਬਜ਼ੁਰਗ ਨੇ ਮੈਨੂੰ ਇੱਕ ਗੱਲ ਕਹੀ ਕਿ ਦੇਖੋ, ਤੁਸੀਂ ਖੁਦਾ ਦੇ ਖਾਦਮ ਹੋ, ਤੁਸੀਂ ਮੇਰੇ ਲਈ ਦੁਆ ਕਰਨ ਆਏ ਹੋ ਅਤੇ ਇਹ ਜੋ ਚੰਦਾ ਹੈ ਇਹ ਮੈਂ ਤੁਹਾਡੇ ਲਈ ਰੱਖਿਆ ਹੈ। ਅਤੇ ਪਿਆਰਿਓ, ਉਹਦੀਆਂ ਇਹ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਭਰ ਆਈਆਂ। ਅੱਜ ਦੀ ਅੰਜੀਲ ਦੇ ਵਿੱਚ ਵੀ ਅਸੀਂ ਕੁਝ ਅਜਿਹਾ ਹੀ ਦੇਖਦੇ ਹਾਂ ਕਿ ਇੱਕ ਵਿਧਵਾ ਜਿਹਦੇ ਕੋਲ ਖਾਣ ਪੀਣ ਦੇ ਲਈ, ਉਹਦੇ ਰਹਿਣ ਸਹਿਣ ਦੇ ਲਈ ਜੋ ਵੀ ਇੱਕ ਦਮੜੀ ਸੀ ਉਹ ਉਸਨੇ ਉਸ ਸੰਦੂਕੜੀ ਵਿੱਚ ਪਾ ਦਿੱਤੀ। ਅਤੇ ਪ੍ਰਭੂ ਯਿਸੂ ਮਸੀਹ ਉਸ ਬਜ਼ੁਰਗ ਬੀਬੀ ਦੀ ਸ਼ਲਾਘਾ ਕਰਦੇ ਹਨ ਅਤੇ ਕਹਿੰਦੇ ਹਨ, ਇਸ ਬੀਬੀ ਨੇ ਸਭ ਤੋਂ ਵੱਧ ਪਾਇਆ ਹੈ, ਕਿਉਂਕਿ ਜੋ ਵੀ ਇਹਦੀ ਜੀਵਿਕਾ ਦੇ ਲਈ ਇਹਦੇ ਕੋਲ ਸੀ ਉਸਨੇ ਦੇ ਦਿੱਤਾ। ਦੂਜਿਆਂ ਨੇ ਸਿਰਫ ਜੋ ਉਹਨਾਂ ਦੇ ਕੋਲ ਵੱਧ ਸੀ ਉਸ ਵਿੱਚੋਂ ਦਾਨ ਵਿੱਚ ਪਾਇਆ ਹੈ ਅਤੇ ਉਹ ਵੀ ਦਿਖਾ ਦਿਖਾ ਕੇ। ਹਾਂ ਪਿਆਰਿਓ, ਅਸੀਂ ਵੀ ਕਈ ਵਾਰੀ ਬਹੁਤ ਲੋਕ ਦਿਖਾਵਾ ਕਰਦੇ ਹਾਂ। ਜਦੋਂ ਵੀ ਅਸੀਂ ਦਾਨ ਦੇਣਾ ਹੈ ਪ੍ਰਭੂ ਦੇ ਲਈ ਜਾਂ ਕਿਸੇ ਵਿਅਕਤੀ ਦੇ ਲਈ, ਅਸੀਂ ਚੁੱਪ ਚਾਪ ਕਰੀਏ, ਦਿਖਾਵਾ ਨਾ ਕਰੀਏ। ਫਿਰ ਗੁਪਤ ਵਿੱਚ ਜੋ ਸਾਡਾ ਬਾਪ ਹੈ ਉਹ ਉਸਨੂੰ ਉਸਦਾ ਬਦਲਾ ਸਾਨੂੰ ਦੇਵੇਗਾ। ਪਿਆਰਿਓ, ਆਮ ਕਰਕੇ ਅਸੀਂ ਸਾਡੀ ਜ਼ਿੰਦਗੀ ਵਿੱਚ ਵੇਖਦੇ ਹਾਂ ਕਿ ਜਦੋਂ ਅਸੀਂ ਮਾਲ ਵਿੱਚ ਸ਼ੋਪਿੰਗ ਕਰਨ ਲਈ ਜਾਂਦੇ ਹਾਂ ਅਤੇ ਉੱਥੇ ਹਰੇਕ ਚੀਜ਼ ਦਾ ਟੈਗ ਲੱਗਾ ਹੁੰਦਾ ਹੈ, ਚਾਹੇ ਉਹ 2000 ਦੀ ਹੈ, ਚਾਹੇ ਉਹ 3000 ਦੀ ਹੈ, ਚਾਹੇ ਉਹ 800 ਦੀ ਹੈ, 500 ਦੀ ਹੈ, ਜਿੰਨਾ ਵੀ ਟੈਗ ਲੱਗਾ ਅਸੀਂ ਉਸਦੇ ਪੈਸੇ ਦੇ ਕੇ ਬਿਨਾਂ ਗੱਲਬਾਤ ਕੀਤੇ, ਬਿਨਾਂ ਉਹਦੇ 'ਤੇ ਰੇਟ ਘਟਾਉਣ ਦੇ ਗੱਲਾਂ ਬਾਤਾਂ ਕਰਨ ਦੀ ਬਜਾਏ ਅਸੀਂ ਪੈਸੇ ਦੇ ਕੇ ਚੁੱਪ ਕਰਕੇ ਆ ਜਾਂਦੇ ਹਾਂ। ਲੇਕਿਨ ਜਦੋਂ ਤੁਸੀਂ ਕਿਸੇ ਰੇਹੜੀ ਦੇ ਉੱਤੋਂ ਕੋਈ ਕੇਲੇ ਲੈਣ ਦੇ ਲਈ ਜਾਂ ਸੇਬ ਲੈਣ ਦੇ ਲਈ, ਸਬਜ਼ੀ ਲੈਣ ਦੇ ਲਈ ਕਿਸੇ ਗਰੀਬ ਵਿਅਕਤੀ ਦੇ ਕੋਲ ਖਲੋਂਦੇ ਹੋ ਤਾਂ ਤੁਸੀਂ ਉੱਥੇ ਬਹਿਸ ਵਸਈਆ ਕਰਨ ਲੱਗ ਜਾਂਦੇ ਹੋ। 50 ਦੀ ਬਦਲੇ 40 ਲਾ ਲਾ, ਤੂੰ 35 ਲਾ ਲਾ। ਦੇਖੋ, ਉਹ ਵਿਚਾਰਾ ਇੱਕ ਇੰਨੀ ਮਿਹਨਤ ਕਰਕੇ ਦਿਨ ਰਾਤ ਰਿਕਸ਼ਾ ਚਲਾ ਕੇ ਉਹ ਸਬਜ਼ੀ ਵੇਚ ਰਿਹਾ ਹੈ ਅਤੇ ਅਸੀਂ ਉੱਥੇ ਆ ਕੇ ਅੜ ਜਾਂਦੇ ਹਾਂ। ਵੱਡੇ ਵੱਡੇ ਮੌਲਾਂ ਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈ ਜ਼ਿਆਦਾ ਪੈਸੇ ਦੇ। ਪਿਆਰਿਓ, ਅਸੀਂ ਇਸ ਗੱਲ ਨੂੰ ਯਾਦ ਰੱਖੀਏ ਕਿ ਅਸੀਂ ਗਰੀਬਾਂ ਦੀ, ਲੋੜਵੰਦਾਂ ਦੀ ਇਸ ਤਰੀਕੇ ਦੇ ਨਾਲ ਹੀ ਮਦਦ ਕਰੀਏ ਅਤੇ ਪ੍ਰਭੂ ਸਾਨੂੰ ਬਰਕਤ ਦੇਵੇਗਾ। ਅਤੇ ਇਸ ਫਜ਼ਲ ਦੇ ਲਈ ਅਸੀਂ ਦੁਆ ਕਰੀਏ, ਅੱਜ ਖਾਸ ਦੁਆ ਕਰੀਏ ਕਿ ਹੇ ਪ੍ਰਭੂ, ਸਾਨੂੰ ਭਲੇ ਕੰਮ ਕਰਨ ਦੇ ਲਈ, ਨੇਕੀ ਕਰਨ ਦੇ ਲਈ ਸਾਨੂੰ ਹੋਰ ਜ਼ਿਆਦਾ ਬਲ ਬਖਸ਼ੋ, ਤਾਂ ਕਿ ਅਸੀਂ ਦੂਜਿਆਂ ਦੇ ਲਈ ਕੰਮ ਨਿਸਵਾਰਥ ਹੋ ਕੇ ਕਰਦੇ ਰਹੀਏ ਬਿਨਾਂ ਕਿਸੇ ਲਾਲਚ ਦੇ। ਅੱਖਾਂ ਨੂੰ ਬੰਦ ਕਰੋ ਅਤੇ ਹੱਥਾਂ ਨੂੰ ਜੋੜੋ, ਦੁਆ ਕਰੀਏ। ਪਿਆਰੇ ਖੁਦਾਵੰਦ, ਅੱਜ ਦੇ ਬਚਨ ਦੇ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ। ਹੇ ਪ੍ਰਭੂ, ਸਾਨੂੰ ਦੂਜਿਆਂ ਦੇ ਲਈ ਭਲਾਈ ਕਰਨ ਦੀ ਸ਼ਕਤੀ ਦਿਓ, ਦੂਜਿਆਂ ਦੇ ਲਈ ਨੇਕੀ ਦੇ ਕੰਮ ਕਰਨ ਦਾ ਸਾਨੂੰ ਫਜ਼ਲ ਦਿਓ। ਅਤੇ ਖਾਸ ਕਰਕੇ ਜੋ ਵੀ ਅਸੀਂ ਦਾਨ ਪੁੰਨ ਕਰਦੇ ਹਾਂ ਉਸਦਾ ਵਿਖਾਵਾ ਨਾ ਕਰੀਏ, ਸਗੋਂ ਬਿਨਾਂ ਵਿਖਾਵੇ ਦੇ ਤੇਰੇ ਤੋਂ ਬਰਕਤਾਂ ਹਾਸਲ ਕਰਨ ਦੇ ਲਈ ਅਸੀਂ ਨੇਕੀ ਦੇ ਕੰਮ ਕਰਦੇ ਰਹੀਏ। ਮੰਗਦੇ ਹਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ, ਆਮੀਨ। Thank you.